ਗੁੱਡ ਮਾਰਨਿੰਗ ਟੀਮ ਸਿਕਨੋਮਿਕਸ ਅੱਜ 7 ਜੁਲਾਈ 2023 ਗੋਲ ਐਨਾਲਿਸਿਸ ਅੱਜ 3 ਹਾਈ ਇੰਪੈਕਟ ਨਿਊਜ਼ ਨੇ 6 ਵਜੇ ਇੰਡੀਆ ਦੇ ਆ ਰਹੀ ਹੈ ਐਵਰੇਜ ਆਰਲੀ ਅਰਨਿੰਗਸ ਓਕੇ 3 ਸਟਾਰ ਨਿਊਜ਼ ਹੈਗੀ ਹੈ ਹਾਈ ਇੰਪੈਕਟ ਦੂਸਰੀ ਹੈਗੀ ਹੈ ਨੌਨ ਫਾਰਮ ਪੇਰੋਲ ਨੰਬਰਸ ਰਿਲੀਜ਼ ਹੋਣੇ ਨੇ ਜੂਨ ਮਹੀਨੇ ਦੇ ਓਕੇ ਸੋ ਇਹ ਵੀ 3 ਸਟਾਰ ਨਿਊਜ਼ ਹੈ ਥਰਡ ਨਿਊਜ਼ ਹੈਗੀ ਹੈ 3 ਸਟਾਰ ਅਨਇੰਪਲੋਇਮੈਂਟ ਰੇਟ ਮੰਥ ਆਫ ਜੂਨ ਦਾ ਸੋ ਜਿਵੇਂ ਕਿ ਡਾਟਾ ਐਕਸਪੈਕਟ ਕਰ ਰਿਹਾ ਜੇ ਐਵੇਂ ਹੀ ਆਂਦਾ ਹੈ ਸੋ 골ਡ ਵਿਲ ਮੂਵ ਅਪਸਾਈਡ ਬਟ ਕਿਉਂਕਿ ਕੱਲ ਜਿਹੜਾ ਹੋਇਆ ਸੀ ਇਟ ਵਾਸ ਅ ਸਮਥਿੰਗ ਡਿਫਰੈਂਟ ਨੈਗੇਟਿਵ ਨਿਊਜ਼ ਆਈ ਸੀ 골ਡ ਦੇ ਲਈ ਕਿ 골ਡ ਜਿਹੜਾ ਹੈਗਾ ਉਹ 1900 ਦੇ ਕਰੀਬ ਜਾ ਕੇ ਵਾਪਸ ਆਇਆ 1927 ਤੋਂ ਫਾਲ ਹੋਇਆ ਸੀ 골ਡ ਦਾ ਸੋ ਐਨੀਥਿੰਗ ਕੈਨ ਹੈਪਨ ਟੁਡੇ ਫਰਾਈਡੇ ਹੈ ਨਾਰਮਲ ਵੋਲਿਊਮ ਹੈ ਬਟ ਹਾਈ ਇੰਪੈਕਟ ਨਿਊਜ਼ ਜਿਹੜੀ ਹੈਗੀ ਆ ਉਹ ਵੀ ਆਪਣਾ ਸਾਂ ਰੱਖੇਗੀ ਸੋਨਾਂ ਸੀ ਦੇਖ ਸਕਦੇ ਹਾਂ ਕਿ 골ਡ ਨੇ ਪਿਛਲੇ ਲਾਸਟ ਵੀਕ ਤੋਂ ਕੋਸ਼ਿਸ਼ ਕੀਤੀ ਹੈਗੀ ਹੈ ਅਪਸਾਈਡ ਜਾਣ ਦੀ 1900 ਇੱਕ ਸਾਈਕਲੋਜੀਕਲ ਲੈਵਲ ਤੋਂ سپورਟ ਲੈ ਕੇ ਦੁਬਾਰੇ ਪੁਲ ਬੈਕ ਹੋਇਆ ਹੈ ਡਾਊਨ ਓਕੇ ਇਸ ਕੱਲ ਜਿਹੜਾ ਹੈਗਾ 1900 ਤੇ ਅੱਜ ਉੱਪਰ ਜਾਣ ਦੀ ਕੋਸ਼ਿਸ਼ ਕਰੇਗਾ ਸੋ 1920 ਕ੍ਰੋਸ ਕਰ ਸਕਦਾ ਹੈ 1928 ਸਮਥਿੰਗ ਓਕੇ ਸੋ ਬਟ ਇਹੀ ਹੈ ਕਿ ਪਿਛਲੇ 8-10 ਦਿਨਾਂ ਦੇ ਵਿੱਚ ਕੀ ਹੈ ਕਿ 골ਡ ਇੱਕ ਰੇਂਜ ਦੇ ਵਿੱਚ ਹੀ ਸਟਕ ਹੋਇਆ ਹੈ ਡਾਊਨਸਾਈਡ ਇੱਕ ਸਟਰੋਂਗ ਲੇਵਲ ਹੈਗਾ ਸਾਈਕੋਲੋਜੀਕਲ ਲੇਵਲ 1900 ਦਾ ਓਕੇ ਲਾਸਟ ਟਾਈਮ ਬ੍ਰੀਚ ਹੋਇਆ ਸੀ ਸੋ ਆਲਰੇਡੀ देयर इज अ होल इन द सीलिंग ਇਨ ਦ ਫਲੋਰ ਓਕੇ ਸੋ ਗੋਲਡ ਕੈਨ ਮੂਵ ਡਾਊਨ ਸੋ ਦੂਜਾ ਜਿਹੜਾ ਹੈਗਾ ਐਨਾਲਿਸਿਸ ਸਾਡਾ ਉਹ ਇਹ ਹੈ ਕਿ ਜੇ ਆਪਾਂ 5 ਮਿੰਟਸ ਦੇਖੀਏ ਓਕੇ 5 ਮਿੰਟ ਦੇ ਵਿੱਚ ਜਿਹੜਾ ਸੌਰੀ 4 ਆਵਰ ਦੇ ਵਿੱਚ 4 ਆਵਰ ਦੇ ਵਿੱਚ ਸੇਮ ਲੇਵਲਸ ਨੇ 4 आवर ਦੇ ਵਿੱਚ ਡਾਊਨਸਾਈਡ ਤੋਂ ਰਿਜੈਕਸ਼ਨ ਲੈ ਕੇ ਸਾਰੀ ਕੈਂਡਲਸ ਤੁਸੀਂ ਦੇਖ ਸਕਦੇ ਹੋ ਕੱਲ ਦੀ ਕੈਂਡਲ ਤੋਂ ਇਹ ਵੱਡੀ ਕੈਂਡਲ ਤੋਂ ਬਾਅਦ ਜਿਹੜਾ ਡੇ ਦਾ ਹਾਈ ਤੇ ਡੇ ਦਾ ਲੋ ਸੀਗਾ ਤੁਸੀਂ ਜਿੰਨੀ ਵੀ ਕੈਂਡਲਸ ਹੈ ਇਹ ਸਾਰੀ ਕੰਟੇਨਮੈਂਟ ਕੈਂਡਲ ਹੈਗੀ ਹੈ ਜਦੋਂ ਤੱਕ ਹਾਈ ਤੇ ਲੋ ਬ੍ਰੇਕ ਨਹੀਂ ਹੁੰਦਾ ਵੀ ਕੈਨਟ ਸੇ ਐਨੀਥਿੰਗ ਸੋ ਮਾਰਕੀਟ ਇੱਕ ਟਾਈਟ ਰੇਂਜ ਦੇ ਵਿੱਚ ਹੈਗੀ ਹੈ ਕਿਉਂਕਿ ਸੋ ਬਟ ਲੈਵਲ ਜਿਹੜੇ ਮੇਜਰ ਕੀ ਲੈਵਲ ਨੇ ਸੇਮ ਲੈਵਲ ਅਕੋਰਡਿੰਗ ਅਸੀਂ ਜਿਹੜਾ ਹੈਗਾ ਉਹ ਬਾਅਦ ਤੇ ਸਰ ਕਰਨਾ ਹੈ इंटरमीडिएट लेवल ਕੋਈ ਵੀ ਬੰਦ ਹੈ that 5 ਮਿੰਟ ਦੇ ਅਕੋਰਡਿੰਗ 15 ਮਿੰਟ ਦੇ ਅਕੋਰਡਿੰਗ that will be risky ਓਕੇ okay. so ਮਾਰਕੀਟ ਨੂੰ ਜਿਹੜਾ ਹੈਗਾ ਉਹ ਕਿਸੇ ਏਰੀਆ ਦੇ ਵਿੱਚ ਆਣ ਦੋ ਇੱਥੋਂ ਮਾਰਕੀਟ ਰਿਜੈਕਟ ਹੋ ਸਕਦੀ ਹੈ ਸੈਲ ਕਰ ਸਕਦੇ ਹੋ ਇੱਥੇ ਅਗਰ 1900 ਦੇ ਕਰੀਬ ਮਾਰਕੀਟ ਆਉਂਦੀ ਹੈ ਫਿਰ ਇੱਥੋਂ ਬਾਏ ਕਰ ਸਕਦੇ ਹੋ ਬਟ ਜਿਵੇਂ ਕਿ ਛੋਟੇ ਲੈਵਲਸ ਨੇ ਵਿੱਚ ਵੀ ਇਹ ਨੋ ট্রেਡਿੰਗ ਜਿਹੜਾ ਹੈਗਾ ਜ਼ੋਨ ਵਿੱਚ ਅਸੀਂ ਬੈਠੇ ਆ ਇਸ ਵੇਲੇ so be careful so 30 ਮਿੰਟ ਦੇ ਅਕੋਰਡਿੰਗ ਵੀ ਤੁਸੀਂ ਦੇਖ ਸਕਦੇ ਹੋ ਮਾਰਕੀਟ ਵੈਰੀ ਬੈਡਲੀ ਕਨਸੋਲਿਡੇਸ਼ਨ ਕਰ ਰਹੀ ਹੈ ਜੀ ਸੋ ਨੋ ਕਲੀਅਰ ਮੂਵਮੈਂਟ ਓਕੇ ਸੋ ਕਲੀਅਰ ਜਿਹੜੀ ਮੂਵਮੈਂਟ ਹੈਗੀ ਇੱਥੋਂ ਨਹੀਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕੁਛ ਨੇ ਇੱਥੋਂ ਬਾਏ ਕਰਨ ਦੀ ਕੋਸ਼ਿਸ਼ ਕਰਨੀ ਹੈ दैट इज ਰਿਸਕੀ ਕਿਉਂਕਿ ਕੋਈ ਖਾਸ ਮੂਵਮੈਂਟ ਤਾਂ ਨਹੀਂ ਮਿਲੇਗੀ ਬਟ ਰਿਜੈਕਸ਼ਨ ਦੇ ਚਾਂਸਸ ਨੇ ਫਲਿੱਪ ਹੋਣ ਦੇ ਸੋ ਜਿਹੜੀ ਮੇਜਰ ਰਿਸਿਸਟੈਂਸ ਹੈਗਾ ਉਹ 1915 ਤੇ ਹੈ ਸੋ ਇਸ ਮੇਜਰ ਰਿਸਿਸਟੈਂਸ ਨੂੰ ਖਿਆਲ ਰੱਖਦੇ ਹੋਏ ਕੋਸ਼ਿਸ਼ ਕਰੋ ਕੀ ਇਹ ਤੋਂ ਹੀ ਸੈਲ ਕਰੋ ਤੇ ਇਹਦੇ ਉੱਪਰ ਬਾਏ ਕਰੋ ਓਕੇ ਅਦਰਵਾਈਜ਼ ਐਨੀਥਿੰਗ ਕੈਨ ਹੈਪਨ ਓਕੇ ਕਿਉਂਕਿ ਇਹ ਜਿਹੜਾ ਇੱਕ ਹੈਗਾ ਇਹ ਮੀਜ਼ਰ ਲੈਵਲ ਹੈ ਕੱਲ ਜਿਹੜੀ ਨਿਊਜ਼ ਦੀ ਇੱਕ ਆਈ ਸੀਗੀ ਡਾਊਨ ਫਾਲ ਕਲੀਨ ਡਾਊਨ ਫਾਲ ਲੈਫਟ ਹੈਂਡ ਸਾਈਡ ਤੇ ਇਹ ਜਿਹੜਾ ਹੈਗਾ ਨਿਊਜ਼ ਇੰਡਿਊਸ ਸੀਗਾ ਓਕੇ ਸੋ 15 ਮਿੰਟ ਦੇ ਅਕੋਰਡਿੰਗ ਦੇਖਦੇ ਹਾਂ 15 ਮਿੰਟ ਦੇ ਅਕੋਰਡਿੰਗ ਵੀ ਸੇਮ ਲੈਵਲਸ ਨੇ ਤੇ ਅਪ ਸੀ ਜਿਹੜਾ ਹੈਗਾ ਉਹ ਦੇਖਣਾ ਕਿ ਕੰਸੋਲਿਡੇਸ਼ਨ ਹੈ ਤੇ ਉੱਪਰ ਬ੍ਰੇਕ ਨਹੀਂ ਕਰ پا ਰਹੀ ਅਪਸਾਈਡ ਤੇ ਡਾਊਨਸਾਈਡ ਦੇ ਵਿੱਚ ਦੋਨੇ ਤਰਫ ਰਿਜੈਕਸ਼ਨ ਹੈਗੀ ਹੈ ਓਕੇ ਤੁਸੀਂ ਇਹ ਦੇਖ ਸਕਦੇ ਹੋ ਸੋ ਇਸ ਬੈਡਲੀ ਇਨ ਕੰਸੋਲਿਡੇਸ਼ਨ ਫੇਸ ਸੋ ਇੱਥੋਂ ਵੀ ਮਾਰਕੀਟ ਇਸ ਵਿਕ ਤੋਂ ਵੀ ਰਿਜੈਕਟ ਹੋ ਸਕਦੀ ਹੈ ਜਿਹੜਾ ਕਿ ਤੁਸੀਂ ਵਿਕ ਦੇਖ ਸਕਦੇ ਹੋ 1914 1914 ਦੇ ਜਦ ਤੱਕ ਉੱਥੇ ਬ੍ਰੇਕ ਨਹੀਂ ਹੁੰਦਾ ਸੋ ਬੀ ਕੇਅਰਫੁਲ ਓਕੇ ਬੀ ਕੇਅਰਫੁਲ ਸੋ ਐਨੀਥਿੰਗ ਕੈਨ ਹੈਪਨ ਇਹ ਹੈਗਾ ਜੇ ਸਾਡਾ ਜਿਹੜਾ ਬਾਏ ਬਣੇਗਾ ਉਹ ਇਸ ਤੋਂ ਉੱਤੇ ਬਣੇਗਾ ਓਕੇ ਸੈਲ ਸਾਡਾ ਜਿਹੜਾ ਬਣੇਗਾ ਅਗਰ ਤਾਂ ਇੱਥੇ ਤੋਂ ਸੈਲ ਵੀ ਨਹੀਂ ਬੰਦਦਾ ਕਿਉਂਕਿ ਕੋਈ ਪ੍ਰੋਪਰ ਨਹੀਂ ਹੈ ਚੈਨਲ ਅਗਰ ਇਸ ਲੈਵਲ ਦੇ ਉੱਤੇ ਕੋਈ ਰਿਜੈਕਸ਼ਨ ਮਿਲਦੀ ਹੈ ਤੁਹਾਨੂੰ ਫਿਰ ਤੁਸੀਂ ਸੈਲ ਜਿਹੜਾ ਹੈਗਾ ਉਹ ਟ੍ਰੇਡ ਲੈ ਸਕਦੇ ਹੋ ਓਕੇ ਟੀਪੀ ਆਪਣੇ ਲੈਫਟ ਹੈਂਡ ਸਾਈਡ ਦੇਖ ਕੇ ਅਕੋਰਡਿੰਗਲੀ ਜਿਹੜਾ ਤੁਸੀਂ ਹੈ ਜੇ ਛੇ ਮਾਰਕੀਟ ਕਿਸੇ ਵੀ ਰੀਜ਼ਨ ਨਾਲ ਨੀਚੇ ਆਂਦੀ ਹੈ सो यू कैन सिंपली बाय फ्रॉम दिस एरिया 1900 हंडर्ड स्ट्रोंग लेवल है सो तो जो है बाय कर सकते हो ओके फाइव मिनट च भी सेम uh, okay. ही तरीका है बट फाइव मिनट के कंसोल्टेन के कारण किसी भी लेवल पर ट्रस्ट नहीं करना ओके एनी थिंग एनीथिंग कैन हैपन फाइव मिनट कोई स्ट्रोंग कन्फर्मेन नहीं होएगी सो इधर ट्रस्ट नहीं करना आपने ओके दैट सी दैन सो बाय अब 1915 so sell jada hai tu is area ch aake agar rejection mildi hai to hanu koi engulfing pattern banda hai koi hammer banda hai inverted hammer so shooting star banda so you can go for sell okay otherwise uh, just keep waiting keep watching and keep waiting for price to come in your range then you you can go ahead okay so have a nice day trade safely guys aaj and have a nice weekend bye bye